अमृतपाल सिंह वारिस पंजाब दे मुखी जिन्हां नूं बहुत सारे सिख पसंद करदे ने पर कुछ लोग उन्हां दे खिलाफ भी ने। जिथे कुछ लोग उन्हां दे खिलाफ ने ओ लोग कुछ क सिख सी ते बाकी हिंदू कम्यूनिटी नूं बिलोंग करदे सी। पर हाल ही विच देखिया जावे ਤਾਂ ਕੁਝ ਨਿਹੰਗ ਜਥੇਬੰਦੀਆਂ ਵੀ ਉਹਨਾਂ ਦੇ ਖਿਲਾਫ ਹੋ ਗਈਆਂ ਨੇ। ਸੋ ਹਾਲ ਹੀ ਵਿੱਚ ਬੁੱਢਾ ਦਲ ਵਾਲੇ ਵੀ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਹੋ ਗਏ ਨੇ ਤੇ ਬੁੱਢਾ ਦਲ ਵਾਲਿਆਂ ਨੇ ਕੀ ਬੋਲਿਆ ਹੈ ਅੰਮ੍ਰਿਤਪਾਲ ਸਿੰਘ ਨੂੰ, ਆਓ ਤੁਹਾਨੂੰ ਪੂਰੀ ਵੀਡੀਓ ਵੱਲ ਲੈ ਚੱਲਦੇ ਹਾਂ। ਸਿੱਖਾ ਖਾਲਸਾ ਵਾਹਿਗੁਰੂ ਕੀ ਫਤਿਹ ਹੈ। ਜਿਕਾਰੇ ਜਾਵੇ ਨੇ ਹਾਲੋ ਜਾਵੇ ਹੋਦੇ ਪਾਵੇ ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਨੂੰ ਭਾਵੇ ਸਿੰਘ ਸਾਹਿਬ ਜਹਦਲ ਬਾਬਾ ਸੰਤਾ ਸਿੰਘ ਅਕਾਲੀ ਪੰਥ ਪਾਤਸ਼ਾਹ ਜੀਆਂ ਨੂੰ ਭਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ। ਦਾਸ ਬੇਨਤੀ ਕਰਦਾ ਹੈ ਕਿ ਅਸੀਂ ਤੇ ਬੜੇ ਸਤਿਕਾਰ ਨਾਲ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਹੜਾ ਕੱਲ੍ਹ ਉੱਠਿਆ ਦਾੜੀਆਂ ਕਰਦਾ ਅੱਜ ਸਿੰਘ ਬਣ ਗਿਆ, ਅਸੀਂ ਉਹਦਾ ਸਤਿਕਾਰ ਕੀਤਾ ਜਲੰਧਰ ਜਾ ਕੇ, ਉਹਨੂੰ ਸਰੋਪਾ ਹਜੂਰੀਆ ਵੀ ਪਾਇਆ, ਲੋਈ ਵੀ ਪਾਈ ਵੀ ਚੱਲ ਕੋਈ ਉੱਠਿਆ ਗੁਰੂ ਦਾ ਪਿਆਰਾ। ਉਹ ਭਾਈ ਤੈਨੂੰ ਕਿਹੜੇ ਇਹੋ ਜਿਹੇ ਤੇਰੇ ਚੂਚੇ ਚਮਚੇ ਨੇ ਜਿਹੜੇ ਗਲਤ ਤੈਨੂੰ ਗਾਈਡ ਕਰਦੇ ਨੇ, ਰਾਜ ਵਰਗੇ ਤੈਨੂੰ ਗਾਈਡ ਕਰਦੇ ਨੇ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪਿਓ ਹੈ, ਤੂੰ ਕੱਲ੍ਹ ਉੱਠਿਆ, ਕੱਲ੍ਹ ਦਾ ਬੱਚਾ ਅੰਮ੍ਰਿਤਪਾਲ ਸਿੰਘ, ਸਾਡੇ ਬਾਪੂ ਬਾਰੇ ਮਾੜਾ ਨਹੀਂ ਬੋਲਣਾ। ਮੋਰੀ ਦਲਾਂ ਦਾ ਸ਼ਹਿਨਸ਼ਾਹ ਹੋਇਆ ਸਿੰਘ ਸਾਹਿਬ ਜਦਰ ਬਾਬਾ ਸੰਤਾ ਸਿੰਘ ਅਕਾਲੀ, ਸਾਡਾ ਪਿਓ ਹੈ, ਅਸੀਂ ਅਕਾਲ ਤਖਤ ਦੇ ਜਹੇਦਾਰ ਹਾਂ, ਜਹੇਦਾਰਾਂ ਨੇ ਸੇਵਾ ਕਰਾਈ ਹੈ, ਕਿਹੜੀ ਸਰਕਾਰ ਸੇਵਾ। ਜਿਹੜੇ ਕੁੱਤਿਆਂ ਨੂੰ ਭੌਂਕਦੇ ਹੋ ਬੰਦ ਕਰੋ ਆਪਣੀ ਜ਼ੁਬਾਨ, ਭਾਵੇਂ ਅੰਮ੍ਰਿਤਪਾਲ ਤੇ ਭਾਵੇਂ ਤੁਹਾਡਾ ਕੋਈ ਵੀ ਆਏ। ਹਾਂ ਅਸੀਂ ਤਾਂ ਤੇਰੀ ਤਾਰੀਫ ਕਰਨ ਡਿਆ, ਤੂੰ ਅੰਮ੍ਰਿਤ ਛਕਾਉਣ ਡਿਆ ਲੋਕਾਂ ਨੂੰ, ਦੁਰਸ਼ਾਵਾਸ ਤੇ ਰੇਖ ਹੋ ਜੇ ਤੂੰ ਸਾਡੇ ਬਾਪੂ ਨੂੰ ਪੈ ਗਿਆ ਹੋਏ। ਇਹ ਪੰਥ ਪਾਤਸ਼ਾਹ ਬਾਬਾ ਸੰਤਾ ਸਿੰਘ ਅਕਾਲੀ ਆ, ਮੋਰੀ ਦਲਾਂ ਦਾ ਸ਼ਹਿਨਸ਼ਾਹ, ਜਿਹਦੇ ਬਾਰੇ ਤੂੰ ਮਾੜਾ ਬੋਲਿਆ ਵਾ। ਆ ਸਰਕਾਰੀ ਤੇਰੇ ਆ ਕੁੱਤੇ ਆ ਬਾਦਲ ਕੇ ਹਰਾਮ ਦੇ, ਜਿਹਨਾਂ ਕੰਜਰਦਿਆਂ ਨੇ ਹਮਲਾ ਕਰਾਇਆ ਅਕਾਲ ਤਖ਼ਤ ਸਾਹਿਬ ਤੁੜਵਾਇਆ ਵਾ, ਇਹਨਾਂ ਨੂੰ ਕਹਿ ਇਹ ਸਰਕਾਰੀ ਹੂ। ਸਾਡਾ ਪਿਓ ਸਰਕਾਰੀ ਨਹੀਂ ਸੀ ਬਾਬਾ ਸੰਤਾ ਸਿੰਘ ਅਕਾਲੀ ਜਹੇਦਾਰ, ਮੋਰੀ ਦਲਾਂ ਦਾ ਸ਼ਹਿਨਸ਼ਾਹ, ਕੋਈ ਘਵਾਇਆ ਅੱਜ ਤੱਕ? ਵਿਦਿਆ ਮਾਰਦੰਡ ਆਹ ਦਸਮ ਸਰੋ ਦੀ ਸੰਥਿਆ ਉਹਨਾਂ ਕੋਲ ਲਈ ਮੈਂ, ਪੰਥ ਪ੍ਰਕਾਸ਼ ਸੂਰਜ ਪ੍ਰਕਾਸ਼ ਦੀ ਸੰਥਿਆ ਲਈ ਉਹਨਾਂ ਕੋਲੋਂ ਮੈਂ, ਵੈਦਿਕ ਸਿੱਖਿਆ ਸ਼ਾਮ ਵੇਦ ਰਿਗ ਵੇਦ ਜੁਜਰ ਵੇਦ ਪੜਿਆ, ਤੂੰ ਦੱਸ ਤੈਨੂੰ ਕਿਹਨੇ ਪੜਾਇਆ ਹੋਇਆ? ਕੱਲ ਆ ਕੇ ਦਾੜੀ ਕੱਟਿਆ ਜਾ ਕੇ ਤੂੰ ਬਣ ਗਿਆ ਅੰਮ੍ਰਿਤਪਾਲ, ਤੂੰ ਸਾਡੇ ਬੁੱਢੇ ਦਲ ਦੇ ਮਾਲਕ ਬਣ, ਤੂੰ ਫਿਰਦਾ ਸੀ ਤੇ ਤੇਰੀ ਤਾਰੀਫ ਕੀਤੀ ਹੋਏ ਫਤਿਹਗੜ੍ਹ ਸਾਹਿਬ, ਤੇਰੀ ਇੰਨੀ ਤਾਰੀਫ ਕੀਤੀ, ਅਸੀਂ ਵੀਡੀਓ ਚੱਲਦੀ ਪਈ ਆ ਵੀ ਅਸੀਂ ਅੰਮ੍ਰਿਤਪਾਲ ਦੇ ਨਾਲ ਖੜੇ ਆ, ਤੂੰ ਸਾਡੇ ਪਿਓ ਨੂੰ ਪੈ ਗਿਆ ਹੋਇਆ? ਕਿਹੜੇ ਇਹੋ ਜਿਹੇ ਕੁੱਤੇ ਬਿੱਲੇ ਜਿਹੜੇ ਤੈਨੂੰ ਗਲਤ ਭੜਕਾਉਂਦੇ ਸਾਡੇ ਖਿਲਾਫ ਹੋਏ? ਸਾਡੇ ਨਾਲ ਮਿਲ ਕੇ ਜਿੱਥੇ ਗੱਲ ਕਰਨੀ ਕਰ ਲੈ, ਅਸੀਂ ਨੀ ਡਰਦੇ। ਕੱਲ ਉੱਠ ਕੇ ਤੂੰ ਆ ਚੌਧਰਾ ਘੁੱਟਣ ਲੱਗ ਪਿਆ, ਵੱਡਾ ਬਣਿਆ ਫਿਰਦਾ ਸੰਜਰ ਰੈਲ ਸੋਦੇ ਪੈਰਾਂ ਦੀ ਮਿੱਟੀ ਅਰਗਣੀ, ਤੂੰ ਅਸੀਂ ਨਾਲ ਰਹੇ ਉਹਨਾਂ ਦੇ, ਸੰਤ ਚੰਦ ਰੈਲ ਸੋ ਬਣਨ ਦੀ ਕੋਸ਼ਿਸ਼ ਕਰਨ ਡਿਆ, ਉਹਨੇ ਕਹਾ ਸੀਗਾ ਦੀ ਇੱਜ਼ਤ ਕਰਦੇ ਸੀ, ਗੁਰਬਚਨ ਸਿੰਘ ਮਾਲੋ ਚਾਲ ਨੇ ਅੰਕ ਸਿੰਘ ਸੀ, ਅਵਤਾਰ ਸਿੰਘ ਬ੍ਰਹਮਾ ਨੇ ਅੰਕ ਸਿੰਘ ਸੀ, ਦਾਸ ਵੀ ਨੇ ਅੰਕ ਸਿੰਘ ਆ, ਬਹੁਤ ਨੇ ਅੰਕ ਸਿੰਘ ਹਰੀਆਂ ਵੇਲਾਂ ਦੇ ਬੁੱਢੇ ਦਲ ਦੇ ਧਰਨੇ ਦਲਾਂ ਦੇ ਸੰਤਾਂ ਦੇ ਨਾਲ ਰਹੇ ਆ, ਤੈਨੂੰ ਕੀ ਪਤਾ? ਕੱਲ ਉੱਠ ਕੇ ਚੂਚਿਆ ਜਾ ਆ ਲੰਡਿਆਂ ਬੁੱਚਿਆਂ ਦੇ ਆਖੇ ਲਾ ਕੇ, ਰਾਜੀ ਵਰਗਿਆਂ ਦੇ ਆਖੇ ਲਾ ਕੇ ਬੁੱਢੇ ਦਲ ਦੀ ਨਿਖੇਧੀ ਕਰਦਾ ਤੂੰ, ਸਮਝ ਜਾ ਅਕਲ ਕਰ ਅਕਲ। ਹਾਂ ਇਹ ਨਾ ਸੋਚੀ ਕਿਤੇ ਚਾਰ ਗਿਣੇ ਅੰਕ ਸਿੰਘ ਨੇ ਇੱਕ ਮਿੰਟ ਤੋਂ ਪਹਿਲੇ ਇਕੱਠੇ ਹੋ ਗਏ ਸਾਰੇ ਦਲ, ਸਾਡੇ ਤੋਂ ਕੋਈ ਅਲੱਗ ਨਹੀਂ ਗਾ, ਭਰਾ ਘਰ ਚ ਲੜ ਵੀ ਲੈਂਦੇ ਆ ਅਲੱਗ ਹੀ ਹੋ ਜਾਂਦੇ ਆ, ਲੇਕਿਨ ਜਦੋਂ ਵੱਜਦੀਆਂ ਉਹਦਾ ਬਾਵਾ ਇਕੱਠੀਆਂ ਹੁੰਦੀਆਂ ਹੀ, ਸਾਡੇ ਬੁੱਢੇ ਦਲ ਦੀ ਨਿੰਦਾ ਨਾ ਕਰੀ, ਜੇ ਨਿੰਦਾ ਕਰੇਗਾ ਤਾਂ ਰਗੜਿਆ ਜਾਏਗਾ, ਅਸੀਂ ਨਹੀਂ ਉਹ ਰਗੜਨਾ। ਜਿਸ ਕੀ ਸਾਜਨਾ ਹਮ ਕਰੀ ਖੁਦ ਆਪਣੇ ਹੱਥ, ਜਿਸ ਕੀ ਸੰਸਦ ਜੋ ਕਰੇ ਚੱਲ ਜਾਏ ਕੁੱਲ ਸਾਥ, ਦਸਵੇਂ ਪਾਤਸ਼ਾਹ ਕਹਿੰਦੇ ਜਿਹਦੀ ਮੈਂ ਸਾਜਨਾ ਕੀਤੀ ਹੈ ਜਿਹੜਾ ਉਹਦੀ ਬਰਾਬਰੀ ਕਰੇਗਾ ਉਹਦਾ ਕੁੱਲਾ ਦਾ ਨਾਸ ਹੋ ਜਾਏਗਾ। ਮੇਰਾ ਨਾਂ ਗੜਗਾਜ ਸਿੰਘ ਆ, ਓਏ ਜਿੱਥੇ ਮਰਜ਼ੀ ਮੈਨੂੰ ਮਿਲਣਾ ਮਿਲਣੀ, ਗੱਜ ਕੇ ਮਿਲਾਂਗਾ ਬਾਬੇ ਸੰਤਾ ਸੋ ਪਾਤਸ਼ਾਹ ਦਾ ਚੇਲਾ ਹੀ। ਤੇ ਜੇ ਤੂੰ ਨਿੰਦਾ ਕੀਤੀ ਤੇਰੀ ਅਸੀਂ ਤਾਰੀਫ ਵੀ ਕੀਤੀ, ਜੇ ਤੂੰ ਨਿੰਦਾ ਕੀਤੀ ਹੁਣ ਤੇਰੀ ਨਿੰਦਾ ਸ਼ੁਰੂ ਹੋਏਗੀ, ਸਾਰੇ ਪਾਸੋਂ ਨਿਹੰਗ ਸਿੰਘ ਤੇਰੀ ਨਿੰਦਾ ਕਰਨਗੇ। ਕੱਲ ਉੱਠ ਕੇ ਤੂੰ ਸਾਡੇ ਪੰਥ ਪਾਤਸ਼ਾਹ ਨੂੰ ਮਾੜਾ ਕਹਿਣ ਡਿਆ, ਹੈ ਅਸੀਂ ਅਕਾਲ ਤਖ਼ਤ ਦੇ ਮਾਲਕ ਅਸੀਂ ਸੇਵਾ ਕਰਾਈ ਹੋਏ, ਢੁਆਣ ਵਾਲੇ ਗੱਦਾਰ ਹੁੰਦੇ ਆ, ਬਣਾਉਣ ਵਾਲੇ ਕਦੇ ਗੱਦਾਰ ਨਹੀਂ ਹੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਗਰਗ ਜਾਵੇ ਨਿਹਾਲ ਹੋ ਜਾਵੇ ਬੰਦੇ ਮਹਾਜਰਨੈਲ, ਨਿਹੰਗ ਸਿੰਘਾਂ ਭੁਜੰਗ ਸਿੰਘਾਂ ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਧਰਨੇ ਦਲਾਂ ਨੂੰ ਭਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਮਿੱਤਰੋ, ਕੀ ਤੁਸੀਂ ਅੰਮ੍ਰਿਤਪਾਲ ਸਿੰਘ ਨੂੰ ਸਪੋਰਟ ਕਰਦੇ ਹੋ ਜਾਂ ਫਿਰ ਨਹੀਂ, ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ। ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ, ਤਾਂ ਦੇਖਦੇ ਰਹੋ ਟੌਪ ਪੰਜਾਬ ਟੀਵੀ।